ਅੱਜ ਜੋ ਟੂਰਨਾਮੈਂਟ ਹੋ ਰਿਹਾ ਅਨਾਜ ਮੰਡੀ ਦੇ ਵਿੱਚ, ਇਹਦੇ ਬਾਰੇ ਤੁਸੀਂ ਕੀ ਕਹੋਗੇ ਨੌਜਵਾਨਾਂ? ਟੂਰਨਾਮੈਂਟ ਮੈਂ ਆਪ ਵੀ ਕਰਾਉਣਾ ਹੁੰਦਾ ਕਬੱਡੀ ਦਾ, ਬਾਕੀ ਜਿੱਥੇ ਵੀ ਟੂਰਨਾਮੈਂਟ ਹੁੰਦੇ ਨੇ ਉੱਥੇ ਮੈਂ ਪਹੁੰਚਦਾ, ਮੈਂ ਆਪ ਵੀ ਜਿੰਮ ਮਾਰਦਾ। ਸਾਰੇ ਲੋਕਾਂ ਨੂੰ ਵੀ ਆਪਾਂ ਇਹ ਕਹਿੰਦੇ ਹਾਂ ਵੀ ਤੁਸੀਂ ਜਿੰਮ ਮਾਰੋ, ਨਸ਼ੇ ਤੋਂ ਦੂਰ ਹੋਵੋ। ਜਿਹੜੇ ਟੂਰਨਾਮੈਂਟ ਕਰਾਉਂਦੇ ਨੇ ਉਹ ਵਿਚਾਰੇ ਤੁਹਾਡੇ ਲਈ ਕਰਾਉਂਦੇ ਨੇ, ਨਾ ਕਿ ਆਪਦੇ ਲਈ ਕਰਾਉਂਦੇ ਨੇ। ਉਹਨਾਂ ਦੀ ਵੀ ਇਹੀ ਮੇਰੇ ਵਾਂਗੂ ਸੋਚ ਹੈ ਵੀ ਟੂਰਨਾਮੈਂਟਾਂ ਕੰਨੀ ਮੇਰੇ ਭਰਾਵਾਂ ਦਾ ਧਿਆਨ ਹੋਵੇ ਤਾਂ ਉਹ ਨਸ਼ਿਆਂ ਤੋਂ ਬਚਣ। ਜਿੰਮ ਮਾਰਦੇ ਹਾਂ ਅਸੀਂ ਫੁੱਲ, ਅਸੀਂ ਇਹਨਾਂ ਨੂੰ ਵੀ ਇਹੀ ਕਹਿੰਦੇ ਵੀ ਜਿੰਮ ਮਾਰੋ, ਖੇਡੋ, ਕਬੱਡੀ ਖੇਡੋ, ਕ੍ਰਿਕਟ ਖੇਡੋ, ਹੋਰ ਗੇਮਾਂ ਖੇਡੋ, ਨਸ਼ੇ ਤੋਂ ਦੂਰ ਰਹੋ। ਕਿਉਂਕਿ ਜਿਹੜੇ ਪੰਜਾਬ ਸਹੀ ਹੈ, ਬਹੁਤ ਕੁਛ ਪੰਜਾਬ ਹੈ ਜਿਹੜਾ ਆਪਣਾ ਬਹੁਤ ਵਧੀਆ ਸੂਬਾ, ਨਸ਼ੇ ਪਸੋਂ ਨਸ਼ੇ ਖਤਮ ਹੋਣੇ ਚਾਹੀਦੇ, ਅਸੀਂ ਨਸ਼ਿਆਂ ਨੂੰ ਖਤਮ ਕਰਨੇ।